श्री गुरु हरगोबिंद साहब जी के प्रकाश दिहाड़े को समर्पित समागम करवाया गया। विधानसभा हलका खडूर साहब के अधीन आउंदे पिंड ब्रह्मपुरा विखे मीरी पीरी के मालक श्री गुरु हरगोबिंद साहब जी के चरण छो प्राप्त पवित्र स्थान बेर साहब विखे श्री गुरु हरगोबिंद साहब जी के प्रकाश दिहाड़े को समर्पित समागम करवाए गए। इत्थे ये भी जिक्रयोग है कि गुरद्वारा बेर साहब विखे 11 मंजिले 8 नुकरे दरबार का नींह पत्थर रखा गया है, जो कि एक मंजिला इमारत तैयार हो चुकी है। उस दे नाल ही इस गुरद्वारा साहब दे विच बच्चों को धार्मिक सिक्ख्या भी दी जा रही है, तां जो बच्चे सिख धर्म नाल जोड़ सकन। इस मौके संप्रदायक बाबा विधि चंद 12वें मुखी संत बाबा अवतार सिंह वाले दिहाड़े ते देश विदेश वधाई। देखो इस समागम दियां लाइव तस्वीरां अते आनंद मार समागम रखा जाता वा। सो इस बार भी महापुरखों ने उपराला किया, जो थोड़े समय का ही गुरु घर दरबार साहब नवा बाबा ने शुरू किया, जो सारी धीन है। सो नवे दरबार के महापुरखों ने श्री अखंड पाठ साहब जी प्रारंभ करके भोग पाए ने। सो सारिया इलाके दियाँ धार्मिक समाजिक सारिया जथेबंदियां आके इतने हाजरियां भर रही वा। श्री गुरु हरगोबिंद साहब जी के प्रकाश पर्व से पहुँच के गुरु दियाँ खुशियां प्राप्त कर रही। सो महापुरख जिते कितने भी पड़ा लाते ने, दल पंथ जाता है, महापुरख सिखी का प्रचार करते हैं, अमृत संचार करते हैं, तो बड़ी सच्चे पातशाह जी की कृपा है। सो जिते होर संत महापुरश पहुंचे ने, उत्थे ही साढ़े सत्कारयोग बाबा जगतार सिंह जी, बाबे शहीदों वाले, बाबा गुरसाहब सिंह जी खांडे रजादे तो प्रधान जी, होर सारिया सिख संगत महापुरखों के स्थान पर दर्शन मिलते करने वास्ते आई। सो सच्चे पातशाह की कृपा कारण जिन्हिया भी संगत ने हाजिरी भरी आ, महापुरखों वालों सारिया संगत ने जियो आया आया पत्रकारों का भी धन्यवाद किया जाता है। धन्यवाद। वाहेगुरू जी का खालसा, वाहेगुरू जी की फतेह। परम सम्मान योग सतगुरां दी साजी नवाजी गुरु खालसा साहिब सिंह जी, आप सरबत संगतां भली भांत जानते हो कि अज का पावन पवित्र दिहाड़ा मीरी पीरी के मालक छेवें गुरदेव
ਸੋਹਣਿਆਂ ਦੇ ਸੁਲਤਾਨ ਪਾਤਸ਼ਾਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰਾਂ ਦਾ ਪਾਵਨ ਪਵਿੱਤਰ ਅਵਤਾਰ ਪ੍ਰਕਾਸ਼ ਦਿਹਾੜਾ ਹੈ ਅੱਜ ਦੇ ਪਾਵਨ ਦਿਹਾੜੇ 'ਤੇ ਗਰੀਬ ਨਵਾਜ ਸਤਿਗੁਰੂ ਸੱਜੇ ਪਾਤਸ਼ਾਹ ਮੇਰੀ ਪੀੜ੍ਹੀ ਦੇ ਮਾਲਕ ਸ਼੍ਰੀ ਗੁਰਦੇਵ ਸਵਾਮੀ ਪਿਤਾ ਜੀ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਜੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਪੂਜਨੀਕ ਮਾਤਾ ਧੰਨ ਮਾਤਾ ਗੰਗਾ ਸਾਹਿਬ ਜੀ ਦੀ ਪਾਵਨ ਕੁੱਖ ਤੋਂ ਅਵਤਾਰ ਧਾਰਿਆ ਮਾਤ ਲੋਕ 'ਤੇ ਸਤਿਗੁਰੂ ਸੱਜੇ ਪਾਤਸ਼ਾਹ ਜੀ ਪ੍ਰਗਟ ਹੋਏ ਸਤਿਗੁਰਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਗਰ ਬ੍ਰਹਮਪੁਰਾ ਸੰਗਤਪੁਰਾ ਜਿਸ ਪਾਵਨ ਅਸਥਾਨ ਦੀ ਸੇਵਾ ਮੇਰੀ ਪੀੜ੍ਹੀ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਸੱਜੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰੋਂ ਕਰਨ ਤੋਂ ਸਾਰੇ ਸੂਰਬੀਰ ਬਹਾਦਰ ਯੋਧੇ ਮਹਾਨ ਪਰਉਪਕਾਰੀ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਧੰਨ ਧੰਨ ਬ੍ਰਹਮ ਗਿਆਨੀ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਜੀ ਸੰਪਰਦਾਇ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਬਾਰਵੇਂ ਜਾਨਸ਼ੀਨ ਮਹਾਂਪੁਰਖ ਸਿੱਖ ਪੰਥ ਦੀ ਮਾਏ ਨਾਜ ਹਸਤੀ ਸਿੰਘ ਸਾਹਿਬ ਜਥੇਦਾਰ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਮਨਾਉਂਦਿਆਂ ਹੋਇਆਂ ਜੋੜ ਮੇਲੇ ਸਜਾਏ ਗਏ ਹਨ। ਪਰਸੋਂ ਦੇ ਰੋਜ਼ ਤੋਂ ਸਤਿਗੁਰਾਂ ਦੀ ਪਾਵਨ ਗੁਰਬਾਣੀਆਂ ਦੇ ਸ੍ਰੀ ਅਖੰਡ ਪਾਠ ਸਾਹਿਬਾਂ ਜੀ ਦੇ ਆਰੰਭ ਹੋਏ ਸਨ। ਅੱਜ ਅੰਮ੍ਰਿਤ ਵੇਲੇ ਪਾਵਨ ਗੁਰਬਾਣੀਆਂ ਦੇ ਭੋਗ ਪਾਏ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਨੇ ਬੇਅੰਤ ਗੁਣੀ ਜਾਨ ਰੱਬ ਦੇ ਪਿਆਰੇ ਇਲਾਕੇ ਭਰ ਤੋਂ ਗੁਰੂ ਦੀਆਂ ਸੰਗਤਾਂ ਮਹਾਂਪੁਰਖ ਪਹੁੰਚ ਕੇ ਹਾਜ਼ਰੀਆਂ ਭਰ ਰਹੇ ਨੇ। ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਵੀ ਹੋ ਰਿਹਾ। ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਹੋ ਕੇ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਆਪ ਸਮੂਹ ਨਾਨਕ ਨਾਮ ਲੇਵਾ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਸਮੁੱਚੇ ਹੀ ਸਿੱਖ ਜਗਤ ਨੂੰ ਸਮੁੱਚੀ ਹੀ ਮਾਨਵਤਾ ਨੂੰ ਮੇਰੀ ਪੀੜ੍ਹੀ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਜੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਸੰਪਰਦਾਇ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਸੰਪਰਦਾਇ ਦੇ ਮੌਜੂਦਾ ਮੁਖੀ ਮਹਾਂਪੁਰਖ ਸਿੰਘ ਸਾਹਿਬ ਜਥੇਦਾਰ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਵੱਲੋਂ ਬੇਅੰਤ ਬੇਅੰਤ ਵਧਾਈਆਂ। Thank you.